ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੇਸ਼ੂ ਕੋਲ ਆਵੀਂ ਤੇ ਚੰਗਾ ਏ, ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ। ਪਾਪਾਂ ਦੇ ਹਨੇਰਿਆਂ ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਨਾ ਏ, ਪਾਪਾਂ ਦੇ ਹਨੇਰਿਆਂ ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਨਾ ਏ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਲੱਗਦਾ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਲੱਗਦਾ, ਯੇਸ਼ੂ ਕੋਲ ਆਵੇਂ ਤੇ ਚੰਗਾ ਏ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ। ਪ੍ਰੇਜ਼ ਦ ਲਾਰਡ ਐਵਰੀਵਨ, ਮੈਂ ਪਾਸਟਰ ਕੁਲਭੂਸ਼ਨ ਜੌਹਰ, ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਓ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ, ਆਓ ਅਸੀਂ ਪ੍ਰਾਰਥਨਾ 'ਚ ਕਰਾਂਗੇ। ਸਰਵ ਸ਼ਕਤੀਮੰਤ ਪਰਮੇਸ਼ੁਰ ਯਿਸੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਦਇਆ ਕਰਨ ਵਾਲੇ ਖੁਦਾ, ਅੱਛੇ ਸੱਚੇ ਜੀਵਿਤ ਪਰਮੇਸ਼ੁਰ। ਇਸ ਵਕਤ ਅਸੀਂ ਆਪਣੇ ਆਪ ਤੇਰੇ ਸਾਹਮਣੇ ਲੈ ਕੇ ਆਉਂਦੇ ਖੁਦਾਵਾਂ, ਜਿੰਨੇ ਲੋਕ ਮੈਨੂੰ ਦੇਖ ਰਹੇ ਸੁਣ ਰਹੇ ਸਭ ਨੂੰ ਤੇਰੇ ਸਾਹਮਣੇ ਲੈ ਕੇ ਆਉਂਦੇ ਖੁਦਾਵਾਂ। ਮੇਰੀ ਪ੍ਰਾਰਥਨਾ ਅੱਜ ਜਦੋਂ ਤੁਹਾਡੇ ਵਚਨਾਂ 'ਚੋਂ ਸਿੱਖਿਆ ਜਾਵੇ, ਸਿਖਾਇਆ ਜਾਵੇ, ਅੱਜ ਜੋ ਤੁਹਾਡੇ ਵਚਨ ਖੁੱਲ੍ਹਣੇ, ਪ੍ਰਕਾਸ਼ ਦੇਣ ਖੁਦਾਵਾਂ, ਹਰੇਕ ਦੇ ਪੈਰਾਂ ਦੇ ਲਈ ਜੋਤੀ ਦਾ ਕੰਮ ਕਰਨ ਖੁਦਾਵਾਂ ਦੀ, ਯਿਸੂ ਮਸੀਹ ਦੇ ਨਾਮ 'ਚ ਹਰੇਕ ਦੀ ਜ਼ਿੰਦਗੀ ਨਵੀਂ ਜ਼ਿੰਦਗੀ ਨਾਲ ਜੁੜ ਜਾਵੇ, ਹਰ ਅੰਧਕਾਰ ਦੀ ਸ਼ਕਤੀ ਸ਼ਰਮਿੰਦਾ ਹੋਵੇ, ਤੇਰੇ ਨਾਮ 'ਚ ਤੇਰੇ ਲੋਕ ਬਲੈਸਡ ਹੋਣ ਖੁਦਾਵਾਂ, ਤੁਹਾਡੀ ਹਜ਼ੂਰੀ ਹਰੇਕ ਦੀ ਜ਼ਿੰਦਗੀ ਦੇ ਉੱਤੇ ਨਜ਼ਰ ਆਵੇ, ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ ਆਮੀਨ। ਹਾਲੇਲੂਯਾ, ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ 'ਚ। ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਇੱਕ ਅਜਿਹੇ ਟੌਪਿਕ 'ਤੇ ਜੋ ਬਹੁਤ ਸਾਰੇ ਲੋਕ ਆਪਣੀ ਲਾਈਫ 'ਚ ਦੇਖਦੇ ਆ। ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਹੀਲ ਹੋ ਜਾਂਦੇ ਨੇ, ਡਿਲੀਵਰ ਹੋ ਜਾਂਦੇ ਨੇ, ਪ੍ਰੋਬਲਮ ਤੋਂ ਛੁੱਟ ਜਾਂਦੇ ਨੇ, ਚੀਜ਼ਾਂ ਚੇਂਜ ਹੋ ਜਾਂਦੀਆਂ ਨੇ, ਪਰ ਥੋੜ੍ਹੀ ਦੇਰ ਬਾਅਦ ਫਿਰ ਤੋਂ ਉਸੇ ਟ੍ਰਬਲ 'ਚ, ਫਿਰ ਤੋਂ ਉਸੇ ਪ੍ਰੋਬਲਮ 'ਚੋਂ ਫਸ ਜਾਂਦੇ ਨੇ। ਉਹੀ ਟ੍ਰਬਲ ਉਹਨਾਂ ਦੀ ਲਾਈਫ 'ਚ ਫਿਰ ਆ ਜਾਂਦੀ ਹੈ ਅਤੇ ਉਹ ਪਹਿਲਾਂ ਨਾਲੋਂ ਵੀ ਵੱਧ ਕੇ ਟ੍ਰਬਲ ਦਿੰਦੀ ਹੈ। ਮੇਰੇ ਪਿਆਰੇ, ਉਹ ਇੱਦਾਂ ਕਿਉਂ ਹੁੰਦਾ, ਕਿਉਂ ਬਾਰ ਬਾਰ ਇਸ ਤਰ੍ਹਾਂ ਹੁੰਦਾ? ਜਦੋਂ ਤੁਹਾਨੂੰ ਪਤਾ ਇਹ ਚੀਜ਼ ਹੁੰਦੀ ਆ ਤਾਂ ਇੱਕ ਵਿਸ਼ਵਾਸ ਕਰਨ ਵਾਲਾ ਵਿਅਕਤੀ, ਇੱਕ ਅਜਿਹਾ ਵਿਅਕਤੀ ਜੋ ਇਸ ਚੀਜ਼ ਨੂੰ ਮੰਨ ਲੈਂਦਾ ਕਿ ਹਾਂ ਯਿਸੂ ਮਸੀਹ ਸਭ ਚੀਜ਼ਾਂ ਨੂੰ ਚੇਂਜ ਕਰ ਸਕਦਾ, ਉਹਦੇ ਬਾਵਜੂਦ ਵੀ ਉਹਦੀ ਲਾਈਫ ਦੇ ਵਿੱਚ ਕਈ ਵਾਰ ਉਹ ਵਿਸ਼ਵਾਸ ਦੀ ਕਮੀ 'ਚ ਚਲੇ ਜਾਂਦਾ। ਇੱਦਾਂ ਕਿਉਂ? ਕੀ ਤੁਸੀਂ ਜਾਣਦੇ ਹੋ ਬਾਈਬਲ ਇਹ ਨਹੀਂ ਕਹਿੰਦੀ ਕਿ ਸ਼ੈਤਾਨ ਦੇ ਕਰਕੇ
ਮੇਰੀ ਪ੍ਰਜਾ ਨਾਸ਼ ਹੋ ਰਹੀ। ਬਾਈਬਲ ਕਹਿੰਦੀ ਮੇਰੇ ਗਿਆਨ ਦੇ, ਮੇਰੇ ਵਚਨ ਦੇ ਗਿਆਨ ਦੇ ਨਾ ਹੋਣ ਕਰਕੇ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਪਰਮੇਸ਼ੁਰ ਦਾ ਵਚਨ ਇੱਦਾਂ ਦੀ ਪ੍ਰਸਥਿਤੀ, ਇੱਦਾਂ ਦੇ ਹਾਲਾਤ ਦੇ ਲਈ ਕੀ ਕਹਿੰਦਾ। ਇਸ ਕਰਕੇ ਵਿਸ਼ਵਾਸੀ ਵੀ ਟ੍ਰਬਲ 'ਚ ਚਲੇ ਜਾਂਦੇ ਨੇ। ਅੱਜ ਮੈਂ ਤੁਹਾਨੂੰ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਦੱਸਾਂਗਾ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ 'ਚੋਂ ਹਮੇਸ਼ਾ ਲਈ ਛੁੱਟ ਸਕਦੇ ਹਾਂ, ਹਮੇਸ਼ਾ ਲਈ ਡਿਲੀਵਰੈਂਸ, ਹੀਲਿੰਗ ਸਾਡੀ ਲਾਈਫ ਦਾ ਹਿੱਸਾ ਹੋ ਸਕਦੀ ਹੈ, ਹਮੇਸ਼ਾ ਲਈ ਉੱਚੇ ਉਠਾਇਆ ਜਾਣਾ ਸਾਡਾ ਹਿੱਸਾ ਹੋ ਸਕਦਾ। ਆਓ ਸਭ ਤੋਂ ਪਹਿਲਾਂ ਅਸੀਂ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਇੱਕ ਹਿੱਸੇ ਨੂੰ ਪੜ੍ਹਦੇ ਹਾਂ। ਯਹੋਸ਼ੂ ਦੀ ਕਿਤਾਬ ਉਹਦਾ 23 ਅਧਿਆਇ ਉਹਦੀ 7 ਆਇਤ ਤੋਂ ਅਸੀਂ ਦੇਖਦੇ ਹਾਂ। ਇੱਥੇ ਲਿਖਿਆ, ਇਸ ਲਈ ਕਿ ਤੁਸੀਂ ਇਹਨਾਂ ਕੌਮਾਂ ਦੇ ਵਿੱਚ ਨਾ ਵੜੋ ਜਿਹੜੀਆਂ ਤੁਹਾਡੇ ਵਿੱਚ ਬਾਕੀ ਰਹਿ ਗਈਆਂ ਹਨ, ਅਤੇ ਤੁਸੀਂ ਉਹਨਾਂ ਦੇ ਦੇਵਤਿਆਂ ਦਾ ਨਾਂ ਵੀ ਨਾ ਉਚਾਰੋ, ਨਾ ਉਹਨਾਂ ਦੀ ਸੌਂ ਖਾਓ, ਨਾ ਉਹਨਾਂ ਦੀ ਉਪਾਸਨਾ ਕਰੋ, ਅਤੇ ਨਾ ਉਹਨਾਂ ਦੇ ਅੱਗੇ ਮੱਥਾ ਟੇਕੋ। ਸਗੋਂ ਯਹੋਵਾ ਆਪਣੇ ਪਰਮੇਸ਼ੁਰ ਨਾਲ ਚਿੰਬੜੇ ਰਹੋ, ਜਿਵੇਂ ਅੱਜ ਦੇ ਦਿਨ ਤੱਕ ਤੁਸੀਂ ਕੀਤਾ। ਯਹੋਵਾ ਨੇ ਤੁਹਾਡੇ ਅੱਗੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢ ਛੱਡਿਆ ਹੈ, ਪਰ ਤੁਹਾਡੇ ਵਿਖੇ ਇਹ ਹੈ ਕਿ ਅੱਜ ਦੇ ਦਿਨ ਤੱਕ ਤੁਹਾਡੇ ਅੱਗੇ ਕੋਈ ਮਨੁੱਖ ਖਲੋ ਨਹੀਂ ਸਕਿਆ। ਤੁਹਾਡੇ ਵਿੱਚੋਂ ਇੱਕ ਮਨੁੱਖ ਹਜ਼ਾਰ ਨੂੰ ਨਠਾ ਦੇਵੇਗਾ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਲਈ ਲੜਦਾ ਹੈ, ਜਿਵੇਂ ਉਸ ਤੁਹਾਡੇ ਨਾਲ ਵਚਨ ਕੀਤਾ ਸੀ। ਤੁਸੀਂ ਆਪਣੀਆਂ ਜਾਨਾਂ ਲਈ ਬਹੁਤ ਸੁਚੇਤ ਰਹੋ, ਅਤੇ ਯਹੋਵਾ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ। ਹਾਲੇਲੂਇਆ। ਮੇਰੇ ਪਿਆਰਿਓ, ਇਹ ਵਚਨ ਯਹੋਸ਼ੂ ਨੂੰ ਉਸ ਟਾਈਮ 'ਤੇ ਦਿੱਤੇ ਗਏ ਜਦੋਂ ਪਰਮੇਸ਼ੁਰ ਨੇ ਇਜ਼ਰਾਈਲ ਨੂੰ ਸਾਰੇ ਆਪਣੇ ਦੁਸ਼ਮਣਾਂ ਤੋਂ, ਸਾਰੇ ਅਟੈਕਸ ਤੋਂ ਫਰੀ ਕਰ ਦਿੱਤਾ। ਬਾਈਬਲ ਕਹਿੰਦੀ ਪਰਮੇਸ਼ੁਰ ਨੇ ਕਿਹਾ ਕਿ ਹਜੇ ਵੀ ਤੇਰੇ ਵਿੱਚ ਕੁਝ ਚੀਜ਼ਾਂ ਨੂੰ ਮੈਂ ਰਹਿਣ ਦਿੱਤਾ, ਹੁਣ ਤੂੰ ਇਹਨਾਂ ਤੋਂ ਹਮੇਸ਼ਾ ਲਈ ਬਚਿਆ ਕਿੱਦਾਂ ਰਹਿਣਾ। ਪਰਮੇਸ਼ੁਰ ਨੇ ਕਿਹਾ ਕਿ ਆਪਣੇ ਵਚਨਾਂ ਦੇ ਅਨੁਸਾਰ ਮੈਂ ਤੇਰੇ ਲਈ ਲੜਿਆ, ਵਚਨਾਂ ਦੇ ਅਨੁਸਾਰ ਤੈਨੂੰ ਛੁਡਾਇਆ। ਹੁਣ ਇਹ ਵਚਨ ਹੀ ਨੇ ਜਿਹੜੇ ਤੈਨੂੰ ਛੁਡਾ ਕੇ ਰੱਖ ਸਕਦੇ ਨੇ, ਹਮੇਸ਼ਾ ਲਈ, ਹਮੇਸ਼ਾ ਲਈ ਡਿਲੀਵਰ ਕਰ ਸਕਦੇ ਨੇ। ਤੁਸੀਂ ਜਾਣਦੇ ਹੋ ਜਦੋਂ ਯਹੋਸ਼ੂ ਨੇ ਮਿਨਿਸਟਰੀ ਨੂੰ ਸ਼ੁਰੂ ਕੀਤਾ, ਪਰਮੇਸ਼ੁਰ ਨੇ ਕਿਹਾ ਵਿਵਸਥਾ ਦੀ ਇਹ ਪੁਸਤਕ, ਯਾਨੀ ਕਿ ਇਹ ਵਚਨ ਤੇਰੇ ਮੂੰਹ 'ਚੋਂ ਕਦੇ ਵੀ ਥੱਲੇ ਨਾ ਉਤਰਨ, ਤੇਰਾ ਧਿਆਨ ਹਮੇਸ਼ਾ ਵਚਨਾਂ ਵੱਲ ਲੱਗਿਆ ਰਹੇ। ਜਦੋਂ ਤੂੰ ਇੱਦਾਂ ਕਰੇਂਗਾ ਤੂੰ ਜੈਵੰਤ ਹੋਏਗਾ। ਸੇਮ ਚੀਜ਼ ਪਰਮੇਸ਼ੁਰ ਨੇ ਉਹਦੇ ਬੁਢਾਪੇ ਦੇ ਟਾਈਮ 'ਤੇ ਉਹਨੂੰ ਫੇਰ ਕਹੀ ਕਿ ਜਿੱਦਾਂ ਮੈਂ ਤੈਨੂੰ ਵਿਕਟੋਰੀਅਸਲੀ ਕਰਦਾ ਰਿਹਾ ਅਤੇ ਅੱਜ ਤੱਕ ਤੂੰ ਵਿਕਟੋਰੀਅਸ ਹੈ, ਆਉਣ ਵਾਲੀ ਪੀੜ੍ਹੀਆਂ ਵੀ ਵਿਕਟੋਰੀਅਸ ਰਹਿਣਗੀਆਂ ਜੇ ਉਹ ਮੇਰੇ ਵਚਨਾਂ ਦੇ ਅਨੁਸਾਰ, ਜੋ ਮੈਂ ਉਹਨਾਂ ਨਾਲ ਵਚਨ ਕੀਤੇ, ਜੋ ਉਹਨਾਂ ਨਾਲ ਮੈਂ ਕਲਾਮ ਕੀਤੇ, ਉਹਨਾਂ ਦੇ ਵਿੱਚ ਜੇ ਬਣੇ ਰਹਿਣਗੇ ਤਾਂ। ਹਾਲੇਲੂਇਆ। ਅੱਜ ਮੇਰੇ ਪਿਆਰੇ, ਉਹ ਜਦੋਂ ਇੱਕ ਵਿਸ਼ਵਾਸੀ, ਜਦੋਂ ਇੱਕ ਬੰਦਾ ਪਰਮੇਸ਼ੁਰ ਦੀ ਪ੍ਰੈਜੈਂਸ ਦੇ ਵਿੱਚ ਆ ਕੇ ਟ੍ਰਬਲਸ 'ਚੋਂ, ਬਿਮਾਰੀਆਂ 'ਚੋਂ, ਆਪਣੇ ਹਾਲਾਤਾਂ 'ਚੋਂ ਛੁੱਟ ਜਾਂਦਾ, ਸਭ ਤੋਂ ਵੱਡੀ ਗਲਤੀ ਉਹ ਕਿੱਥੇ ਕਰਦਾ? ਮੈਂ ਤੁਹਾਨੂੰ ਹਮੇਸ਼ਾ ਸਿਖਾਉਂਦਾ, ਵਚਨ 'ਚੋਂ ਪ੍ਰਾਰਥਨਾ ਕਰੋ, ਕਿਉਂਕਿ ਤੁਹਾਡੀ ਪ੍ਰਾਰਥਨਾ ਬਿਨਾਂ ਵਚਨ ਦੀ ਜੋ ਹੈ ਸ਼ਾਇਦ ਉਹਦਾ ਆਂਸਰ ਨਾ ਹੋਵੇ। ਪਰ ਜੋ ਤੁਸੀਂ ਵਚਨ ਨੂੰ ਲੈ ਕੇ ਜਾਓਗੇ, ਤੁਸੀਂ ਪਰਮੇਸ਼ੁਰ ਦੇ ਸਾਹਮਣੇ ਜਦੋਂ ਵਚਨ ਨੂੰ ਰੱਖਦੇ ਹੋ, ਆਪਣੇ ਮੁਕੱਦਮੇ ਨੂੰ ਉਸ ਪ੍ਰਮਾਣ ਦੇ ਨਾਲ ਰੱਖਦੇ ਹੋ, ਪਰਮੇਸ਼ੁਰ ਆਪਣੇ ਵਚਨ ਦਾ ਇਨਕਾਰ ਨਹੀਂ ਕਰ ਸਕਦਾ। ਇਹ ਬਾਈਬਲ ਕਹਿੰਦੀ ਹੈ। ਪਰ ਜਦੋਂ ਤੁਸੀਂ ਉਸ ਡਿਲੀਵਰੈਂਸ ਨੂੰ, ਉਸ ਹੀਲਿੰਗ ਨੂੰ, ਉਸ ਟ੍ਰਬਲ ਨੂੰ ਤੁਸੀਂ ਫਿਨਿਸ਼ ਕਰ ਲੈਂਦੇ ਹੋ ਆਪਣੀ ਪ੍ਰੇਅਰ ਦੇ ਨਾਲ, ਪਰਮੇਸ਼ੁਰ ਦੇ ਵਚਨਾਂ ਦੇ ਨਾਲ, ਜਦੋਂ ਤੁਸੀਂ ਫਰੀ ਹੋ ਜਾਂਦੇ ਹੋ, ਉਹਦੇ ਤੋਂ ਬਾਅਦ ਕੀ ਕਰਦੇ ਹੋ? ਉਸ ਤੋਂ ਬਾਅਦ ਅਕਸਰ ਲੋਕ ਉਹੀ ਚੀਜ਼ਾਂ 'ਚ ਵਾਪਸ ਚਲੇ ਜਾਂਦੇ ਨੇ, ਉਹੀ ਸੰਗਤੀਆਂ 'ਚ, ਉਹੀ ਕੰਮ, ਉਹੀ ਸੁਸਾਇਟੀ, ਉਹੀ ਉਹਨਾਂ ਦੀ ਲਾਈਫ ਅਤੇ ਲਾਈਫ ਸਟਾਈਲ ਸੇਮ ਉਹੀ ਹੋ ਜਾਂਦਾ। ਜਦੋਂ ਇੱਦਾਂ ਹੁੰਦਾ ਉਹਨਾਂ ਨੂੰ ਲੱਗਦਾ ਅਸੀਂ ਟ੍ਰਬਲ 'ਚੋਂ ਨਿਕਲ ਗਏ। ਪਰ ਬਾਈਬਲ ਇੱਦਾਂ ਨਹੀਂ ਕਹਿੰਦੀ। ਬਾਈਬਲ ਕਹਿੰਦੀ ਜਦੋਂ ਦੁਸ਼ਟ ਆਤਮਾ ਇੱਕ ਵਾਰੀ ਇੱਕ ਮਨੁੱਖ 'ਚੋਂ ਨਿਕਲ ਜਾਂਦੀ ਹੈ, ਜਦੋਂ ਪਰਮੇਸ਼ੁਰ ਉਹਨੂੰ ਉਹਦੀ ਲਾਈਫ ਤੋਂ ਡਿਸਕਨੈਕਟ ਕਰ ਦਿੰਦਾ, ਦੁਸ਼ਟ ਆਤਮਾ ਫਿਰ ਇਹੀ ਗੱਲ ਕਹਿੰਦੀ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਫਿਰ ਵਾਪਸ ਚਲੀ ਜਾਵਾਂਗੀ। ਉਹ ਫਿਰ ਦੁਬਾਰਾ ਦੇਖਣ ਲਈ ਆਉਂਦੀ ਹੈ,
ਜਦੋਂ ਉਹ ਦੁਬਾਰਾ ਉਸੇ ਜਗ੍ਹਾ ਨੂੰ ਸਾਫ਼ ਸੁਥਰਾ ਝਾੜਿਆ ਫੂਕਿਆ ਹੋਇਆ ਸਾਫ਼ ਸੁਥਰਾ ਦੇਖਦੀ ਹੈ, ਮਤਲਬ ਪਰਮੇਸ਼ੁਰ ਦਾ ਵਚਨ ਉਸ ਜਗ੍ਹਾ 'ਤੇ ਨਹੀਂ, ਆਰਾਧਨਾ ਪ੍ਰਾਰਥਨਾ ਫਾਸਟਿੰਗ ਉਸ ਜਗ੍ਹਾ 'ਤੇ ਨਹੀਂ, ਜਦੋਂ ਉਹਨੂੰ ਸਾਫ਼ ਸੁਥਰਾ ਦੇਖਦੀ ਹੈ। ਬਾਈਬਲ ਕਹਿੰਦੀ ਉਹ ਆਪਣੀਆਂ ਤੋਂ 7 ਬੁਰੀਆਂ ਹੋਰ ਦੁਸ਼ਟ ਆਤਮਾ ਨੂੰ ਆਪਣੇ ਨਾਲ ਲੈ ਕੇ ਆਉਂਦੀ ਹੈ ਅਤੇ ਉਸ ਜਗ੍ਹਾ ਦੇ ਵਿੱਚ ਬੈਠ ਜਾਂਦੀ ਹੈ ਅਤੇ ਉਸ ਮਨੁੱਖ ਦੇ ਹਾਲਾਤ ਪਹਿਲਾਂ ਤੋਂ ਵੀ ਬਦਤਰ ਹੋ ਜਾਂਦੇ ਨੇ। ਜਦੋਂ ਇੱਦਾਂ ਹੁੰਦਾ ਫਿਰ ਇਨਸਾਨ ਨੂੰ ਕੀ ਲੱਗਦਾ ਕਿ ਪਤਾ ਨਹੀਂ ਮੈਂ ਸ਼ਾਇਦ ਮੇਰਾ ਵਹਿਮ ਸੀ, ਮੈਂ ਤਾਂ ਠੀਕ ਨਹੀਂ ਹੋਇਆ, ਸ਼ਾਇਦ ਮੇਰੇ ਹਾਲਾਤ ਨਹੀਂ ਚੇਂਜ ਹੋਏ। ਨੋ, ਇੱਦਾਂ ਨਹੀਂ। ਪਰਮੇਸ਼ੁਰ ਨੇ ਤੁਹਾਨੂੰ ਛੁਡਾਇਆ ਅਤੇ ਉਹ ਚਾਹੁੰਦਾ ਕਿ ਤੁਸੀਂ ਹਮੇਸ਼ਾ ਛੁਟਕਾਰੇ ਵਿੱਚ ਰਹੋ। ਪਰਮੇਸ਼ੁਰ ਨੇ ਤੁਹਾਨੂੰ ਹੀਲ ਕੀਤਾ, ਉਹ ਚਾਹੁੰਦਾ ਪਰਮਾਨੈਂਟ ਹੀਲ ਰਹੋ। ਪਰ ਇਹ ਕਿਉਂ ਚੀਜ਼ਾਂ ਚੇਂਜ ਹੁੰਦੀਆਂ ਨੇ? ਜਦੋਂ ਅਸੀਂ ਹੀਲ ਹੋ ਕੇ ਡਿਲੀਵਰ ਹੋ ਕੇ ਹਾਲਾਤ ਚੇਂਜ ਹੋਣ ਤੋਂ ਬਾਅਦ ਪਰਮੇਸ਼ੁਰ ਦੇ ਵਚਨ 'ਚ ਬਣੇ ਨਹੀਂ ਰਹਿੰਦੇ। ਪਰਮੇਸ਼ੁਰ ਨੇ ਯਹੋਸ਼ੂ ਨੂੰ ਕਿਹਾ ਤੇਰੀ ਵਿਕਟਰੀ ਦਾ ਇੱਕੋ ਹੀ ਰਾਜ ਹੈ ਪਰਮੇਸ਼ੁਰ ਦੇ ਵਚਨ ਦੇ ਵਿੱਚ ਬਣੇ ਰਹਿਣਾ। ਉਹ ਕਹਿੰਦਾ ਜੀ ਅੱਗੋਂ ਵੀ ਤੇਰੀਆਂ ਕੌਮਾਂ, ਤੇਰੀਆਂ ਪੀੜ੍ਹੀਆਂ ਜੇ ਉਹ ਵਿਕਟੋਰੀਅਸ ਰਹਿਣਾ ਚਾਹੁੰਦੀਆਂ ਨੇ, ਇੱਕੋ ਹੀ ਉਹਦਾ ਰਾਜ ਹੈ ਕਿ ਉਹ ਵਚਨ ਦੇ ਵਿੱਚ ਬਣੀਆਂ ਰਹਿਣ। ਹਾਲੇਲੂਯਾ, ਵਚਨ 'ਚ ਪਾਵਰ ਹੈ ਮੇਰੇ ਪਿਆਰਿਓ, ਵਚਨ ਦੇ ਵਿੱਚ ਤਾਕਤ ਹੈ। ਬਾਈਬਲ ਕਹਿੰਦੀ ਵਚਨ ਸਾਡੇ ਪੈਰਾਂ ਦੇ ਲਈ ਜੋਤੀ ਦਾ ਕੰਮ ਦਿੰਦਾ। ਅਸੀਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਭੇਦਾਂ ਨੂੰ ਦੇਖਣ ਵਾਲੇ ਹਾਂ। ਪਿਆਰਿਓ, ਪਰਮੇਸ਼ੁਰ ਦਾ ਵਚਨ ਉਹ ਤਾਕਤ ਰੱਖਦਾ ਤੁਹਾਡੇ ਹਾਲਾਤਾਂ ਨੂੰ ਉਹ ਚੇਂਜ ਕਰ ਦੇਵੇ, ਅਤੇ ਜੇ ਇਹ ਵਚਨ ਇੱਕ ਵਾਰੀ ਤੁਹਾਡੇ ਹਾਲਾਤ ਨੂੰ ਚੇਂਜ ਕਰਨ ਦੀ ਤਾਕਤ ਰੱਖਦਾ ਉਹ ਹਮੇਸ਼ਾ ਲਈ ਵੀ ਤੁਹਾਨੂੰ ਛੁਡਾਉਣ ਦੀ ਤਾਕਤ ਰੱਖਦਾ। ਪਰ ਸ਼ਰਤ ਇਹ ਹੈ ਕਿ ਪਰਮੇਸ਼ੁਰ ਦੇ ਵਚਨ ਦੇ ਵਿੱਚ ਅਸੀਂ ਬਣੇ ਰਹੀਏ। ਹਾਲੇਲੂਯਾ, ਹੁਣ ਕਿੱਦਾਂ ਬਣੇ ਰਵਾਂਗੇ ਪਰਮੇਸ਼ੁਰ ਦੇ ਵਚਨ ਦੇ ਵਿੱਚ? ਬਾਈਬਲ ਕੀ ਕਹਿੰਦੀ ਇਹਦੇ ਬਾਰੇ? ਅਸੀਂ ਦੇਖਾਂਗੇ ਇਫੀਸ਼ੀਅੰਸ ਦੀ ਕਿਤਾਬ 6 ਅਧਿਆਏ ਉਹਦੀ 10 ਆਇਤ ਤੋਂ ਜੇ ਅਸੀਂ ਪੜ੍ਹੀਏ, ਉੱਥੇ ਲਿਖਿਆ ਮੁਕਤੀ ਗੱਲ ਹੈ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਪਰਮੇਸ਼ੁਰ ਦੇ ਸਾਰੇ ਸ਼ਸਤਰ ਬੰਨ ਲਓ, ਧਾਰ ਲਓ, ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਿੰਦਾਂ ਦਾ ਸਾਹਮਣਾ ਕਰ ਸਕੋ, ਕਿਉਂ ਜੋ ਤੁਹਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾ ਨਾਲ ਹੁੰਦੀ ਹੈ ਜੋ ਸਵਰਗੀ ਥਾਵਾਂ ਵਿੱਚ ਹਨ। ਇਸ ਕਾਰਨ ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤਰ ਬੰਨ ਲਓ, ਤੁਸੀਂ ਬੁਰਾ ਦਿਨਾਂ ਦਾ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖੜ੍ਹੇ ਰਹਿ ਸਕੋ। ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ, ਧਰਮ ਦੇ ਸੱਜੇ ਪਹਿਨ ਕੇ ਅਤੇ ਮਿਲਾਪ ਦੀ ਖੁਸ਼
ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰਾਂ ਵਿੱਚ ਪਾ ਕੇ ਖੜ੍ਹੇ ਹੋ ਜਾਓ। ਉਹਨਾਂ ਸਭਨਾ ਸਣੇ ਨੀਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋ। ਅਤੇ ਮੁਕਤੀ ਦਾ ਟੋਪ ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ ਲੈ ਲਵੋ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹਦੇ ਨਿਮਿਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਨਾਲ ਬੇਨਤੀ ਕਰਦੇ ਰਹੋ ਅਤੇ ਜਾਗਦੇ ਰਹੋ। ਹਾਲੇਲੂਇਆ। ਬਾਈਬਲ ਕਹਿੰਦੀ ਪਰਮੇਸ਼ੁਰ ਦੇ ਸਾਰੇ ਹਥਿਆਰ ਬੰਨ ਲਓ। ਮੇਰੇ ਪਿਆਰਿਓ, ਯਾਦ ਰੱਖੋ, ਸਾਡੀ ਲੜਾਈ ਕਿਸੇ ਇਨਸਾਨ ਨਾਲ, ਮਾਸ ਅਤੇ ਲਹੂ ਨਾਲ, ਕਿਸੇ ਨਾਲ ਵੀ ਨਹੀਂ। ਸਾਡੀ ਲੜਾਈ ਕਿਸੇ ਇਨਸਾਨ ਨਾਲ, ਕਿਸੇ ਜਾਤੀ ਨਾਲ, ਕਿਸੇ ਧਰਮ ਨਾਲ, ਕਿਸੇ ਨਾਲ ਨਹੀਂ। ਸਾਡੀ ਲੜਾਈ ਸ਼ੈਤਾਨ ਅਤੇ ਆਤਮਿਕ ਸ਼ਕਤੀਆਂ ਨਾਲ ਹੈ ਜੋ ਅਸਮਾਨ ਦੇ ਵਿੱਚ ਆ। ਬਾਈਬਲ ਕਹਿੰਦੀ ਤੁਸੀਂ ਸ਼ੈਤਾਨ ਨੂੰ ਦੇਖ ਨਹੀਂ ਸਕਦੇ, ਤੁਸੀਂ ਇਹ ਨਹੀਂ ਦੇਖ ਸਕਦੇ। ਤੁਹਾਡੀ ਲੜਾਈ ਉਹਦੇ ਨਾਲ ਹੈ ਜੋ ਦਿਖਦਾ ਨਹੀਂ। ਜੇ ਉਹਦੇ ਨਾਲ ਤੁਸੀਂ ਲੜਨਾ ਜੋ ਦਿਖਦਾ ਨਹੀਂ, ਇਹਦੇ ਲਈ ਤੁਹਾਨੂੰ ਆਤਮਿਕ ਹਥਿਆਰ ਬੰਨਣੇ ਪੈਣਗੇ। ਬਾਈਬਲ ਕਹਿੰਦੀ ਪਰਮੇਸ਼ੁਰ ਦਾ ਵਚਨ ਜੋ ਆਤਮਾ ਦੀ ਤਲਵਾਰ ਹੈ ਉਹਨੂੰ ਲੈ ਲਓ। ਜੋ ਝਿਲਮ ਹੈ, ਜੋ ਢਾਲ ਹੈ, ਜੋ ਹਥਿਆਰ ਦੱਸੇ ਗਏ ਉਹ ਤੁਹਾਨੂੰ ਸਿਰਫ ਬਚਾਅ ਕਰ ਸਕਦੇ ਆ। ਤੁਹਾਡੇ 'ਤੇ ਕੋਈ ਹਮਲਾ ਕਰੇ ਤੁਸੀਂ ਬਚ ਜਾਓਗੇ ਬਸ, ਪਰ ਜਦ ਤੱਕ ਤੁਸੀਂ ਉਹਨੂੰ ਜਵਾਬ ਨਹੀਂ ਦਿਉਂਗੇ, ਉਹ ਤੱਕ ਉਹਨੂੰ ਲੱਗੇਗਾ ਕਿ ਮੈਂ ਇਹਨੂੰ ਇਸ ਵਾਰ ਨਹੀਂ ਤਾਂ ਅਗਲੀ ਵਾਰ ਢਾ ਲਊਂਗਾ, ਇਸ ਵਾਰ ਨਹੀਂ ਤਾਂ ਅਗਲੀ ਵਾਰ ਇਹਦੇ 'ਤੇ ਮੈਂ ਹਮਲਾ ਕਰ ਦਊਂਗਾ। ਪਰ ਜਦੋਂ ਤੁਸੀਂ ਬਰਾਬਰ ਉੱਤੇ ਹਮਲਾ ਕਰੋਗੇ ਉਹ ਸਮਝ ਜਾਏਗਾ ਕਿ ਮੈਂ ਇਹਦੇ ਨਾਲ ਨਹੀਂ ਲੜਨਾ, ਨਹੀਂ ਤਾਂ ਇਹ ਮੈਨੂੰ ਖਤਮ ਕਰ ਦੇਗਾ। ਕਿੱਦਾਂ ਲੜੋਂਗੇ ਤੁਸੀਂ? ਮੇਰੇ ਪਿਆਰਿਓ, ਬਾਈਬਲ ਕਹਿੰਦੀ ਪਰਮੇਸ਼ੁਰ ਦਾ ਵਚਨ ਜੋ ਆਤਮਾ ਦੀ ਤਲਵਾਰ ਹੈ ਇਹਨੂੰ ਲੈ ਲਓ। ਯਹੋਸ਼ੂ ਨੂੰ ਪਰਮੇਸ਼ੁਰ ਨੇ ਕਿਹਾ ਇਹ ਵਚਨ ਤੇਰੇ ਮੂੰਹ 'ਚੋਂ ਕਦੇ ਨਾ ਉਤਰਨ, ਇਹ ਵਚਨ ਤੇਰੇ ਦਿਲ 'ਚੋਂ ਕਦੇ ਨਾ ਉਤਰਨ। ਉਹਨੇ ਕਿਹਾ ਤੇਰੀਆਂ ਜਾਤੀਆਂ ਬਲੈਸਡ ਰਹਿਣਗੀਆਂ ਜੇ ਇਹ ਵਚਨ ਦੇ ਵਿੱਚ ਬਣੀਆਂ ਰਹਿਣਗੀਆਂ। ਅਸੀਂ ਜੇ ਪ੍ਰੋਬਲਮ 'ਚ ਹਾਂ, ਅਸੀਂ ਛੁੱਟ ਗਏ, ਉਸ ਤੋਂ ਬਾਅਦ ਕੀ ਕਰੀਏ? ਫਿਰ ਵੀ ਅਸੀਂ ਵਚਨ 'ਚ ਖੜ੍ਹੇ ਰਹੀਏ। ਪਰਮੇਸ਼ੁਰ ਦਾ ਵਚਨ ਜੋ ਆਤਮਾ ਦੀ ਤਲਵਾਰ ਹੈ, ਜਦੋਂ ਅਸੀਂ ਉਹਨੂੰ ਫਿਰ ਵੀ ਬੋਲਦੇ ਰਹਾਂਗੇ। ਮੇਰੇ ਪਿਆਰਿਓ, ਜਦੋਂ ਅਸੀਂ ਟ੍ਰਬਲ 'ਚ ਹੁੰਦੇ ਹਾਂ ਅਸੀਂ ਵਚਨ 'ਚੋਂ ਪ੍ਰਾਰਥਨਾ ਕਰਦੇ ਹਾਂ, ਪਰ ਜਦੋਂ ਅਸੀਂ ਛੁੱਟ ਜਾਂਦੇ ਹਾਂ ਕਿ ਅਸੀਂ ਵਚਨ 'ਚੋਂ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਇਹ ਬਹੁਤ ਜ਼ਰੂਰੀ ਹੈ, ਇਹ ਬਹੁਤ ਇੰਪੋਰਟੈਂਟ ਚੀਜ਼ ਹੈ। ਬਾਈਬਲ ਕਹਿੰਦੀ ਦਾਊਦ ਇਸ ਗੱਲ ਨੂੰ ਕਹਿੰਦਾ ਕਿ ਮੈਂ ਸਭਾ ਦੇ ਵਿੱਚ, ਮੈਂ ਲੋਕਾਂ ਦੇ ਵਿਚਕਾਰ ਤੇਰੀ ਗਵਾਹੀ ਦੇਵਾਂਗਾ, ਤੇਰੀ ਉਸਤਤ ਕਰਾਂਗਾ। ਅੱਜ ਲੋਕ ਹੀਲ ਹੋ ਜਾਂਦੇ, ਡਿਲੀਵਰ ਹੋ ਜਾਂਦੇ, ਪਰ ਉਹ ਗਵਾਹੀ ਨਹੀਂ ਦਿੰਦੇ। ਕਿਉਂ? ਉਹਨਾਂ ਨੂੰ ਮਨ 'ਚ ਕੀ ਹੁੰਦਾ ਕਿ ਜੇ ਮੈਂ ਇੱਦਾਂ ਕਰੂੰਗਾ ਤਾਂ ਕਿਤੇ ਮੇਰੀ ਜਿਹੜੀ ਹੀਲਿੰਗ ਆ ਉਹ ਚਲੀ ਨਾ ਜਾਵੇ, ਕਿਤੇ ਮੇਰੀ ਡਿਲੀਵਰੈਂਸ ਚਲੀ ਨਾ ਜਾਵੇ। ਇੱਦਾਂ ਕਰਕੇ ਤੁਸੀਂ ਇਸ ਡਰ ਨੂੰ ਦਿਖਾ ਕੇ ਕੀ ਕਰ ਰਹੇ ਹੋ? ਸ਼ੈਤਾਨ ਲਈ ਇੱਕ ਰੂਮ, ਇੱਕ ਜਗ੍ਹਾ, ਇੱਕ ਤੁਸੀਂ ਜਗ੍ਹਾ ਉਹਨੂੰ ਛੱਡ ਦਿੰਦੇ ਹੋ, ਉਹਦੇ ਲਈ ਇੱਕ ਸੁਰਾਗ ਛੱਡ ਦਿੰਦੇ ਹੋ। ਉਹਨੂੰ ਪਤਾ ਕਿ ਮੈਥੋਂ ਇੱਥੇ ਅਟੈਕ ਕਰ ਸਕਦਾ, ਪਰ ਜਦੋਂ ਤੁਸੀਂ ਆਪਣੀ ਹੀਲਿੰਗ, ਆਪਣੀ ਡਿਲੀਵਰੈਂਸ, ਆਪਣੀ ਬਰਕਤ ਨੂੰ ਲੈਣ ਤੋਂ ਬਾਅਦ ਉਹਦੇ ਲਈ ਗਵਾਹੀ ਦਿੰਦੇ ਹੋ, ਤੁਸੀਂ ਸੀਲ ਕਰ ਦਿੰਦੇ ਹੋ ਉਹਦੇ ਨੂੰ, ਤੁਸੀਂ ਸੀਲ ਕਰ ਦਿੰਦੇ ਹੋ ਆਪਣੀ ਹੀਲਿੰਗ ਨੂੰ, ਸੀਲ ਕਰ ਦਿੰਦੇ ਹੋ ਆਪਣੀ ਬਰਕਤ ਨੂੰ ਵਚਨ ਦੇ ਅਨੁਸਾਰ। ਹਾਲੇਲੂਇਆ। ਜੋ ਅਸੀਂ ਇੱਦਾਂ ਕਰਦੇ ਹੋ, ਪਰਮੇਸ਼ੁਰ ਨੂੰ ਪਤਾ ਇਹ ਮੇਰੇ ਨਾਮ ਦੀ ਗਵਾਹੀ ਦੇ ਚੁੱਕਿਆ, ਉਹ ਤੁਹਾਡੀ ਗਵਾਹੀ ਨੂੰ ਖਰਾਬ ਨਹੀਂ ਹੋਣ ਦੇਗਾ। ਪਰ ਜੋ ਅਸੀਂ ਡਰਦੇ ਰਹੋਗੇ, ਪਰਮੇਸ਼ੁਰ ਕੁਛ ਨਹੀਂ ਕਰੇਗਾ। ਬਾਈਬਲ ਕਹਿੰਦੀ ਜਦੋਂ ਦਾਊਦ ਨੇ ਗੋਲੀਅਤ ਨੂੰ ਮਾਰਿਆ, ਕਿੱਦਾਂ ਮਾਰਿਆ? ਡਰ ਡਰ ਕੇ ਮਾਰਿਆ? ਨਹੀਂ। ਬਾਈਬਲ ਕਹਿੰਦੀ ਉਹਨੇ ਗੋਫਨ 'ਚ ਪੱਥਰ ਘੁਮਾ ਕੇ ਜਦੋਂ ਮਾਰਿਆ ਅੱਗੇ ਵੱਧ ਕੇ, ਉਹ ਪਹਿਲੀ ਵਾਰ 'ਚ ਹੀ ਉਹ ਉਸੇ ਜਗ੍ਹਾ 'ਤੇ ਢੇਰੀ ਹੋ ਗਿਆ। ਬਾਈਬਲ ਕਹਿੰਦੀ ਕਿ ਜਦੋਂ ਉਹਨੇ ਉਸ ਪੱਥਰ ਨੂੰ ਮਾਰਿਆ, ਉਹ ਗੋਲੀਅਤ ਦੇ ਉਸ ਜਗ੍ਹਾ 'ਤੇ ਜਾ ਕੇ ਵੱਜਿਆ ਜਿੱਥੋਂ ਉਹ ਗਿਰ ਸਕਦਾ ਸੀ, ਮਰ ਸਕਦਾ ਸੀ। ਦਾਊਦ ਨੇ ਇਹ ਨਹੀਂ ਕਿਹਾ ਕਿ ਜੇ ਮੈਂ ਇਹਨੂੰ ਨਾ ਮਾਰ ਸਕਿਆ ਤਾਂ ਕੀ ਹੋਏਗਾ, ਜੇ ਮੈਂ ਇਹਦੇ ਕੋਲੇ ਚਲਾ ਗਿਆ ਤਾਂ ਕੀ ਹੋਏਗਾ। ਬਾਈਬਲ ਕਹਿੰਦੀ ਜਦੋਂ ਗੋਲੀਅਤ ਉਹਦੇ ਕੋਲੇ ਆਇਆ, ਗੋਲੀਅਤ ਕਹਿੰਦਾ ਜਿੰਨਾ ਤੇਰਾ ਭਾਰ ਹੈ ਉਨਾ ਤਾਂ ਮੇਰੀ ਤਲਵਾਰ ਦਾ ਭਾਰ ਹੈ, ਜਿੰਨੀ ਤੇਰੀ ਉਮਰ ਹੈ ਉਨੀ ਦੇਰ ਤੋਂ ਮੈਂ ਲੜਾਈ ਕਰ ਰਿਹਾ, ਉਨੀ ਦੇਰ ਤੋਂ ਮੈਂ ਯੋਧਾ ਵਾਂ। ਜਦੋਂ ਦਾਊਦ ਨੇ ਗੱਲਾਂ ਨੂੰ ਸੁਣਿਆ, ਦਾਊਦ ਨੇ ਕੀ ਕੀਤਾ? ਦਾਊਦ ਚੁੱਪ ਕਰਕੇ ਬੈਠ ਗਿਆ।
ਨਹੀਂ, ਉਹਨੂੰ ਪਤਾ ਕਿ ਵਚਨਾਂ ਦੇ ਵਿੱਚੋਂ ਮੇਰੇ 'ਤੇ ਅਟੈਕ ਕਰ ਰਿਹਾ, ਉਹਨੇ ਵਚਨਾਂ 'ਚ ਉੱਤੇ ਅਟੈਕ ਕੀਤਾ। ਉਹ ਕਹਿੰਦਾ ਜਿਹੜੀ ਤਲਵਾਰ ਤੂੰ ਮੇਰੇ ਲਈ ਮਾਰਨ ਲਈ ਲੈ ਕੇ ਆ ਰਿਹਾ, ਇਹੀ ਤਲਵਾਰ ਦੇ ਨਾਲ ਮੈਂ ਤੇਰਾ ਗਲਾ ਵੱਢ ਕੇ ਮੈਂ ਅਸਮਾਨ ਦੇ ਪਕਸ਼ੀਆਂ ਨੂੰ ਤੈਨੂੰ ਮੈਂ ਖਵਾ ਦਿਆਂਗਾ। ਬਾਈਬਲ ਕਹਿੰਦੀ ਉਹਨਾਂ ਵਚਨਾਂ ਦੇ ਉੱਤੇ ਹੀ ਉਹਨੇ ਵੀ ਅਟੈਕ ਕੀਤਾ, ਅਤੇ ਜਦੋਂ ਉਹਨੇ ਉਸ ਗੋਫਨ 'ਚ ਘੁਮਾ ਕੇ ਪੱਥਰ ਨੂੰ ਮਾਰਿਆ ਤਾਂ ਗੋਲੀਅਤ ਖਤਮ ਹੋ ਗਿਆ, ਮਰ ਗਿਆ ਉਹ। ਇਸੇ ਤਰ੍ਹਾਂ ਅਸੀਂ ਆਪਣੀ ਵਿਕਟਰੀ ਨੂੰ ਲੈ ਸਕਦੇ ਹਾਂ ਮੇਰੇ ਪਿਆਰਿਓ, ਇਸੇ ਤਰ੍ਹਾਂ ਅਸੀਂ ਲੈ ਸਕਦੇ ਹਾਂ। ਗੋਲੀਅਤ ਨੇ ਬੜੀ ਟਰਾਈ ਕੀਤੀ ਉਹਨੂੰ ਮੈਂਟਲੀ, ਉਹਨੂੰ ਵਚਨਾਂ ਨੂੰ ਬੋਲ ਕੇ ਉਹਨੂੰ ਸਿੱਟਣ ਦੀ। ਜਦੋਂ ਬਾਈਬਲ ਕਹਿੰਦੀ ਜਦੋਂ ਦਾਊਦ ਇੱਕ ਲਾਠੀ ਨੂੰ ਲੈ ਕੇ ਉਹਦੇ ਨਾਲ ਲੜਨ ਲਈ ਜਾ ਰਿਹਾ ਸੀ ਤਾਂ ਗੋਲੀਅਤ ਕਹਿੰਦਾ ਕਿ ਕੀ ਮੈਂ ਕੁੱਤਾ, ਤੂੰ ਇੱਕ ਸੋਟੀ ਨੂੰ ਲੈ ਕੇ ਮੈਨੂੰ ਮਾਰਨ ਲਈ ਆ ਰਿਹਾ? ਉਹਦਾ ਮਤਲਬ ਸੀ ਉਹ ਕਹਿੰਦਾ ਸੀ ਤੂੰ ਤਿਆਰ ਨਹੀਂ, ਤੂੰ ਤਿਆਰ ਹੋ ਕੇ ਆ ਕਿੱਦਾਂ ਵਰਲਡਲੀ ਤਰੀਕੇ ਨਾਲ। ਪਰ ਦਾਊਦ ਨੇ ਕੀ ਕਿਹਾ, ਉਹ ਕਹਿੰਦਾ ਤੂੰ ਤਾਂ ਲਾਠੀ ਅਤੇ ਆਪਣੇ ਭਾਲੇ ਅਤੇ ਆਪਣੀ ਹਥਿਆਰਾਂ ਦੇ ਨਾਲ ਮੇਰੇ ਮੂਹਰੇ ਆਉਂਦਾ, ਮੈਂ ਤੇਰੇ ਸਾਹਮਣੇ ਸੈਨਾਵਾਂ ਦੇ ਯਹੋਵਾ ਦੇ ਨਾਮ ਦੇ ਵਿੱਚ ਆਉਂਦਾ। ਕੌਣ ਜਿੱਤਿਆ ਫਿਰ? ਦਾਊਦ। ਕਿੱਦਾਂ? ਕਿਉਂਕਿ ਉਹਦੇ ਕੋਲ ਵਚਨ ਦਾ ਹਥਿਆਰ ਸੀ। ਇਹ ਵਚਨ ਇੱਕ ਹਥਿਆਰ ਹੈ, ਇਹ ਵਚਨ ਇੱਕ ਤਾਕਤ ਹੈ, ਇੱਕ ਪਾਵਰ ਹੈ। ਜਦੋਂ ਇਹ ਵਚਨ ਤੁਹਾਡੇ ਮੂੰਹ 'ਚ ਹੋਏਗਾ, ਜਦੋਂ ਇਸ ਵਚਨ ਨੂੰ ਤੁਸੀਂ ਬੋਲੋਗੇ, ਤੁਹਾਨੂੰ ਵਿਕਟੋਰੀਅਸ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਬਿਮਾਰੀ ਤੁਹਾਡੀ ਲਾਈਫ ਦਾ ਹਿੱਸਾ ਸੀ, ਟਰਬਲ ਤੁਹਾਡੀ ਲਾਈਫ ਦਾ ਹਿੱਸਾ ਸੀ, ਪ੍ਰੋਬਲਮ ਤੁਹਾਡੀ ਲਾਈਫ ਦਾ ਹਿੱਸਾ ਸੀ, ਪਰ ਹੁਣ ਜੋ ਤੁਸੀਂ ਛੁੱਟ ਚੁੱਕੇ ਹੋ, ਹੁਣ ਤੁਸੀਂ ਵਚਨਾਂ ਨੂੰ ਫਾਲੋ ਕਰੋਗੇ, ਵਚਨਾਂ 'ਤੇ ਖੜ੍ਹੇ ਰਹੋਗੇ, ਵਚਨਾਂ ਦੇ ਵਿੱਚੋਂ ਧੰਨਵਾਦ ਕਰੋਗੇ। ਜਦੋਂ ਤੁਸੀਂ ਇੱਦਾਂ ਵਚਨਾਂ ਨੂੰ ਲੱਭ ਕੇ ਥੈਂਕਸ ਕਰਨ ਦੇ ਲਈ ਤੁਸੀਂ ਸਟਾਰਟ ਕਰ ਦਿਓਗੇ ਚੀਜ਼ਾਂ ਨੂੰ, ਮੈਂ ਤੁਹਾਨੂੰ ਸੱਚ ਕਹਿੰਦਾ, ਦੁਬਾਰਾ ਕਦੇ ਉਹ ਗੋਲੀਅਤ, ਕਦੇ ਉਹ ਟਰਬਲ ਤੁਹਾਡੀ ਲਾਈਫ 'ਚ ਦੁਬਾਰਾ ਨਹੀਂ ਆਏਗਾ। ਸ਼ੈਤਾਨ ਨੂੰ ਵੀ ਪਤਾ ਕਿ ਜੇ ਮੈਂ ਇੱਥੇ ਜਾਵਾਂਗਾ ਮੈਨੂੰ ਕੁਝ ਨਹੀਂ ਮਿਲਣ ਵਾਲਾ, ਉਲਟਾ ਇਹ ਮੇਰੇ ਉੱਤੇ ਅਟੈਕ ਕਰਕੇ ਮੈਨੂੰ ਖਤਮ ਕਰ ਦੇਣਗੇ। ਮੇਰੇ ਪਿਆਰਿਓ, ਬਾਈਬਲ ਇਹ ਕਹਿੰਦੀ ਹੈ ਵਚਨ ਇੱਕ ਤਾਕਤ ਹੈ, ਵਚਨ ਇੱਕ ਹਥਿਆਰ ਹੈ, ਵਚਨ ਇੱਕ ਪਾਵਰ ਹੈ। ਜਦੋਂ ਅਸੀਂ ਪਰਮੇਸ਼ਰ ਦੀ ਉਸ ਪਾਵਰ ਨੂੰ ਲੈ ਕੇ ਜਾਂਦੇ ਹਾਂ ਤਾਂ ਹੀ ਬਾਈਬਲ ਕਹਿੰਦੀ ਕਿ ਤੈਨੂੰ ਚਾਰੋਂ ਪਾਸੇ ਤੈਨੂੰ ਉਹ ਘੇਰ ਕੇ ਰੱਖੇਗਾ, ਤੇਰੇ ਪਾਸੇ 1000 ਸੱਜੇ 10000 ਗਿਣਗੇ, ਉਹ ਤੇਰੇ ਕੋਲ ਨਹੀਂ ਆਏਗਾ। ਕਿਉਂ? ਇਹਨਾਂ ਵਚਨਾਂ ਦੇ ਕਰਕੇ।
ਪਰਮੇਸ਼ਰ ਦੇ ਵਚਨ ਪਾਵਰ ਰੱਖਦੇ ਨੇ। ਰੋਮਨਸ ਦੀ ਕਿਤਾਬ ਦੇ ਵਿੱਚ 10 ਅਧਿਆਏ ਦੀ ਜੇ 5 ਆਇਤ ਤੋਂ ਦੇਖੋ, ਉੱਥੇ ਲਿਖਿਆ, ਮੂਸਾ ਲਿਖਦਾ ਹੈ ਭਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਿਆਂ ਕਰਦਾ ਹੈ ਜੋ ਸ਼ਰ੍ਹਾਂ ਤੋਂ ਯਾਨੀ ਕਿ ਲੋ ਤੋਂ ਹੈ ਉਸ ਨਾਲ ਉਹ ਜੀਵੇਗਾ, ਪਰ ਉਹ ਧਰਮ ਜੋ ਨੇਚਾ ਤੋਂ ਇਉਂ ਕਹਿੰਦਾ ਹੈ ਭਈ ਆਪਣੇ ਚਿੱਤ ਵਿੱਚ ਇਹ ਨਾ ਆਖ ਆਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ, ਜਾਂ ਅਥਾਹ ਕੁੰਡ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ 'ਚੋਂ ਉਠਾ ਲਿਆਉਣ ਲਈ, ਪਰ ਕੀ ਆਖਦਾ ਹੈ, ਬਾਣੀ ਤੇਰੇ ਕੋਲ ਹੈ, ਤੇਰੇ ਮੂੰਹ ਵਿੱਚ ਹੈ, ਤੇਰੇ ਮਨ ਵਿੱਚ ਹੈ। ਇਹੀ ਉਹ ਨੇਚਾ ਦੀ ਬਾਣੀ ਹੈ ਜਿਹਦਾ ਅਸੀਂ ਪ੍ਰਚਾਰ ਕਰਦੇ ਹਾਂ, ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਕਿ ਪਰਮੇਸ਼ੁਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਵਾਲਿਆ, ਤਾਂ ਤੂੰ ਬਚਾਇਆ ਜਾਏਗਾ। ਧਰਮ ਲਈ ਹਿਰਦੇ ਨਾਲ ਨਿਸ਼ਚਾ ਕੀਤਾ ਜਾਂਦਾ ਹੈ, ਪਰ ਮੁਕਤੀ ਲਈ ਮੂੰਹ ਤੋਂ ਇਕਰਾਰ ਕੀਤਾ ਜਾਂਦਾ ਹੈ। ਧਰਮ ਪੁਸਤਕ ਇਉਂ ਕਹਿੰਦਾ ਹੈ ਭਈ ਜੋ ਕੋਈ ਉੱਤੇ ਨੇਚਾ ਕਰੇ ਉਹ ਲੱਜਾਵਾਨ ਨਾ ਹੋਏਗਾ। ਹਾਲੇਲੂਆ। ਜੇ ਤਾਂ ਤੁਸੀਂ ਵਿਵਸਥਾ ਦੇ ਅਕੋਰਡਿੰਗ ਹੀ ਹੈਗੇ ਹੋ, ਤੁਹਾਨੂੰ ਲੱਗਦਾ ਕਿ ਮੈਂ ਇੱਦਾਂ ਸੀਗਾ, ਮੈਂ ਆਹ ਕਰ ਲਿਆ, ਦੈਟਸ ਇਟ, ਤੁਸੀਂ ਬਚ ਨਹੀਂ ਸਕਦੇ। ਲੋ ਦੇ ਅਕੋਰਡਿੰਗ ਤੁਸੀਂ ਬਚ ਨਹੀਂ ਸਕਦੇ, ਇੱਕ ਤੋਂ ਬਾਅਦ ਦੂਸਰੀ ਚੀਜ਼ ਆ ਜਾਏਗੀ, ਦੂਸਰੀ ਤੋਂ ਬਾਅਦ ਤੀਸਰੀ ਆ ਜਾਏਗੀ। ਪਰ ਜੇ ਤੁਸੀਂ ਨੇਚਾ ਦੇ ਨਾਲ ਚੱਲਦੇ ਹੋ, ਜੋ ਤੁਸੀਂ ਫੇਤ ਨਾਲ ਚੱਲਦੇ ਹੋ, ਫੇਤ ਕਿੱਦਾਂ ਦਿਖਾਓਗੇ? ਬਾਈਬਲ ਕਹਿੰਦੀ ਕਿ ਇਹ ਵਚਨ ਸਾਡੇ ਜਿਉਂਦੇ ਰਹਿਣ ਦਾ ਆਧਾਰ ਹੈ। ਵਚਨ ਨਾਲ ਅਸੀਂ ਪਿਆਰ ਕਰਦੇ ਹਾਂ, ਆਪਣੇ ਪਿਆਰ ਨੂੰ ਅਸੀਂ ਕਿੱਦਾਂ ਦਿਖਾਉਂਦੇ ਹਾਂ? ਪਰਮੇਸ਼ੁਰ ਨੇ ਆਪਣੇ ਪਿਆਰ ਨੂੰ ਕਿੱਦਾਂ ਦਿਖਾਇਆ? ਬਾਈਬਲ ਕਹਿੰਦੀ ਪਰਮੇਸ਼ੁਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ, ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਦੇਣਾ ਪਿਆਰ ਨੂੰ ਦਿਖਾਉਂਦਾ। ਕੀ ਤੁਸੀਂ ਪਰਮੇਸ਼ੁਰ ਲਈ ਆਪਣੇ ਟਾਈਮ ਨੂੰ ਦਿੰਦੇ ਹੋ? ਕੀ ਪਰਮੇਸ਼ੁਰ ਲਈ ਤੁਸੀਂ ਇੰਪੋਰਟੈਂਸ ਰੱਖਦੇ ਹੋ? ਕੀ ਪਰਮੇਸ਼ੁਰ ਤੁਹਾਡੀ ਲਾਈਫ ਦੇ ਵਿੱਚ ਉਸ ਤਰ੍ਹਾਂ ਨਾਲ ਮਹੱਤਤਾ ਰੱਖਦੇ ਆ ਕਿ ਤੁਸੀਂ ਆਪਣੇ ਟਾਈਮ ਨੂੰ ਅਲੱਗ ਕਰਦੇ ਹੋ ਪਰਮੇਸ਼ੁਰ ਲਈ, ਵਚਨ ਪੜ੍ਹਨ ਲਈ, ਆਰਾਧਨਾ ਕਰਨ ਲਈ, ਫਾਸਟਿੰਗ ਕਰਨ ਲਈ, ਭਵਨ 'ਚ ਆਉਣ ਲਈ? ਕੀ ਇਹ ਤੁਹਾਡੀ ਲਾਈਫ ਦਾ ਇੱਕ ਹਿੱਸਾ ਹੈ? ਜੇ ਤੁਸੀਂ ਇਸ ਤਰ੍ਹਾਂ ਨਾਲ ਪਰਮੇਸ਼ੁਰ ਨੂੰ ਨਹੀਂ ਦਿੰਦੇ, ਤੁਸੀਂ ਪਰਮੇਸ਼ੁਰ ਨੂੰ ਮਹਿਮਾ ਨਹੀਂ ਦਿੰਦੇ, ਧੰਨਵਾਦ ਨਹੀਂ ਦਿੰਦੇ, ਇਹ ਬਲੈਸਿੰਗ ਸਦਾ ਤੱਕ ਨਹੀਂ ਬਣੀ ਰਹੇਗੀ। ਬਾਈਬਲ ਕਹਿੰਦੀ ਸ਼ੈਤਾਨ ਸੁੱਤਾ ਨਹੀਂ ਪਿਆ, ਸ਼ੈਤਾਨ ਸ਼ੇਰ ਦੇ ਵਾਂਗੂ, ਉਹ ਗਰਜਣ ਵਾਲੇ ਸ਼ੇਰ ਦੇ ਵਾਂਗੂ ਇਸ ਆੜ 'ਚ ਰਹਿੰਦਾ ਕਿ ਕੌਣ ਕਮਜ਼ੋਰ ਹੈ, ਕਿਹਨੂੰ ਫਾੜ ਦੇਵਾਂ। ਉਹ ਸੁੱਤਾ ਨਹੀਂ ਪਿਆ। ਇਹਦਾ ਮਤਲਬ ਅਸੀਂ ਵੀ ਫਿਰ ਸੌਣ ਵਾਲੇ ਨਹੀਂ ਹੋਵਾਂਗੇ। ਬਾਈਬਲ ਕਹਿੰਦੀ ਇਹ ਸੌਣ ਵਾਲੇ ਉਹ ਜਾਗ ਉੱਠੋ। ਇਹ ਸੌਣ ਦਾ ਟਾਈਮ ਨਹੀਂ ਹੈ, ਇਹ ਜਾਗਣ ਦਾ ਟਾਈਮ ਹੈ। ਆਤਮਾ ਦੇ ਵਿੱਚ ਅਸੀਂ ਪਰਮੇਸ਼ੁਰ ਦੇ ਸਾਰੇ ਹਥਿਆਰ ਬੰਨ ਲਈਏ। ਜੇ ਅਸੀਂ ਵਿਕਟੋਰੀਅਸ ਹਾਂ, ਸਾਡੀਆਂ ਕੌਮਾਂ, ਸਾਡੀਆਂ ਜਨਰੇਸ਼ਨਸ ਵੀ ਉਹ ਵਿਕਟੋਰੀਅਸ ਰਹਿਣ, ਇਹਦੇ ਲਈ ਕੀ ਕਰਨਾ ਪਏਗਾ? ਜੋ ਮਰਜ਼ੀ ਕਰਦੇ ਰਹੀਏ, ਸੁੱਤੇ ਰਹੀਏ? ਨਹੀਂ, ਵਚਨ ਨੂੰ। ਬਾਈਬਲ ਕਹਿੰਦੀ ਵਚਨ ਜੋ ਆਤਮਾ ਦੀ ਤਲਵਾਰ ਹੈ ਉਹਨੂੰ ਲੈ ਲਓ। ਬਾਈਬਲ ਕਹਿੰਦੀ ਧਾਰਮਿਕਤਾ ਦੇ ਲਈ ਹਿਰਦੇ ਨਾਲ, ਪਰ ਛੁਟਕਾਰੇ ਲਈ ਮੂੰਹ ਨਾਲ ਅੰਗੀਕਾਰ ਕਰਨਾ ਪਏਗਾ। ਬਾਈਬਲ ਕਹਿੰਦੀ ਧਰਮ ਪੁਸਤਕ ਕਿਉਂ ਕਹਿੰਦਾ ਹੈ ਕਿ ਜੋ ਕੋਈ ਉੱਤੇ ਨੇਚਾ ਕਰੇਗਾ ਉਹ ਲੱਜਾਵਾਨ ਨਹੀਂ ਹੋਏਗਾ। ਕਿੱਦਾਂ ਨੇਚਾ? ਇੱਕ ਨੇਚਾ ਆ ਕਿ ਬਸ ਇਹ ਬੋਲਦੇ ਰਹਿਣਾ ਪਰਮੇਸ਼ੁਰ ਤੂੰ ਜਾਣਦਾ ਹੀ ਹੈ, ਪਰਮੇਸ਼ੁਰ ਤੂੰ ਜਾਣਦਾ ਹੀ ਹੈ? ਇੱਕ ਨੇਚਾ ਵਚਨਾਂ ਨੂੰ ਲੈ ਕੇ ਜਾਓ, ਉਹਨੂੰ ਦੱਸੋ ਤੇਰਾ ਵਚਨ ਇਹ ਕਹਿੰਦਾ, ਤੇਰੇ ਵਚਨ 'ਚ ਇੱਦਾਂ ਲਿਖਿਆ, ਮੇਰੀ ਲਾਈਫ ਦੀ ਸਿਚੁਏਸ਼ਨ ਵਾਸਤੇ ਵਚਨ ਇਹ ਕਹਿੰਦਾ। ਜਦੋਂ ਆਪਣੀ ਹੀਲਿੰਗ, ਆਪਣੀ ਡਿਲੀਵਰੈਂਸ, ਆਪਣੀ ਪ੍ਰੋਬਲਮ ਨੂੰ ਤੁਸੀਂ ਸੋਰਟ ਆਊਟ ਕਰ ਲਿਆ, ਫਿਰ ਵਚਨ ਲੈ ਕੇ ਜਾਓ। ਪਰਮੇਸ਼ੁਰ ਵਚਨ ਇਹ ਕਹਿੰਦਾ ਮੈਂ ਭੇਂਟ ਚੜਾਵਾਂਗਾ, ਵਚਨ ਇਹ ਕਹਿੰਦਾ ਕਿ ਮੈਂ ਨੇਚਰ ਨਾਲ ਤੇਰੇ ਭਵਨ 'ਚ ਆਵਾਂਗਾ, ਵਚਨ ਇਹ ਕਹਿੰਦਾ ਮੈਂ ਲੋਕਾਂ ਨੂੰ ਤੇਰੀ ਗਵਾਹੀ ਦਿਆਂਗਾ। ਇਸ ਕੰਮਾਂ ਨੂੰ ਕਰੋ ਤਾਂ ਕਿ ਹਮੇਸ਼ਾ ਲਈ ਬਲੈਸਡ ਰਹਿ ਸਕੋ, ਕਦੇ ਕੋਈ ਅਟੈਕ ਦੁਸ਼ਟਾਤਮਾ ਦਾ ਤੁਹਾਡੀ ਲਾਈਫ 'ਤੇ ਦੁਬਾਰਾ ਨਹੀਂ ਹੋਏਗਾ। ਇਹ ਵਚਨ ਦਾ ਪ੍ਰੋਮਿਸ ਹੈ। ਹਾਲੇਲੂਆ। ਮੇਰਾ ਇਹ ਫੇਥ ਹੈ ਅੱਜ ਤੁਸੀਂ ਇਹਨਾਂ ਵਚਨਾਂ ਨੂੰ ਸੁਣਿਆ, ਤੁਸੀਂ ਇਹਨਾਂ ਨੂੰ ਸਮਝਣਾ, ਇਹ ਵਚਨ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰਨਗੇ, ਸੇਮ ਨਹੀਂ ਰਹਿਣ ਦੇਣਗੇ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰੋ, ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ।
ਸਰਵਸ਼ਕਤੀਮਾਨ ਪਰਮੇਸ਼ਰ, ਇਸ ਵਕਤ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਜਿਉਂਦੇ ਵਚਨਾਂ ਲਈ। ਇਹ ਵਚਨਾਂ 'ਚ ਖੁਦਾਵੰਦ ਤੁਸੀਂ ਦੱਸਿਆ ਕਿ ਜੇ ਤੁਸੀਂ ਸਦਾ ਕਾਲ ਤੱਕ ਛੁਟਕਾਰੇ ਨੂੰ ਲੈਣਾ, ਇਹ ਵਚਨ ਤੁਹਾਡੇ ਮੂੰਹ ਦੇ ਵਿੱਚ ਬਣੇ ਰਹਿਣੇ, ਵਚਨ ਤੇਰੇ ਨੇੜੇ ਨੇ, ਤੇਰੇ ਦਿਲ ਦੇ ਵਿੱਚ, ਤੇਰੇ ਮੂੰਹ 'ਚ, ਤੇਰੇ ਹਿਰਦੇ ਦੇ ਵਿੱਚ ਵਸੇ ਰਹਿਣ, ਇਹ ਵਚਨ ਤੇਰੇ ਮੂੰਹ 'ਚੋਂ ਨਿਕਲਦੇ ਰਹਿਣ, ਤਾਂ ਕਿ ਸ਼ੈਤਾਨ ਦੇ ਜਲਦੇ ਹੋਏ ਤੀਰਾਂ ਨੂੰ ਬੁਝਾਇਆ ਜਾ ਸਕੇ। ਖੁਦਾਵੰਦ ਤੇਰਾ ਵਚਨ ਕਹਿੰਦਾ ਜੋ ਪਰਮ ਪ੍ਰਧਾਨ ਦੀ ਛਾਇਆ ਉਸ ਥਾਂ 'ਚ ਬੈਠਾ ਰਹੇ, ਸਰਵ ਸ਼ਕਤੀਮਾਨ ਦੀ ਛਾਇਆ 'ਚ ਟਿਕਾਣਾ ਪਾਏਗਾ। ਅੱਜ ਖੁਦਾਵੰਦ ਜਿੰਨੇ ਲੋਕ ਪਰਮ ਪ੍ਰਧਾਨ ਦੇ ਛਾਇਆ ਉਸ ਥਾਂ 'ਚ ਬੈਠੇ ਨੇ, ਜਿੰਨੇ ਵਚਨਾਂ ਨੂੰ ਲੈ ਕੇ ਖੁਦਾਵੰਦ ਸੀਰੀਅਸ ਨੇ, ਖੁਦਾਵੰਦ ਉਹ ਪਰਮ ਪ੍ਰਧਾਨ ਦੇ ਛਾਇਆ ਉਸ ਥਾਂ 'ਚ ਸਿਰਫ ਬੈਠੇ ਨਾ ਰਹਿਣ, ਪਰ ਸਰਵ ਸ਼ਕਤੀਮਾਨ ਦੀ ਛਾਇਆ 'ਚ ਟਿਕਾਣਾ ਵੀ ਪਾਉਣ, ਯਿਸੂ ਮਸੀਹ ਦੇ ਨਾਮ 'ਚ ਇਹਨਾਂ ਦੀ ਪ੍ਰੋਬਲਮ ਹਮੇਸ਼ਾ ਲਈ ਇਹਨਾਂ ਦੀ ਲਾਈਫ ਤੋਂ ਚਲੀ ਜਾਵੇ। ਖੁਦਾਵੰਦ ਬਿਮਾਰ ਹੀਲ ਹੋਣ, ਯਿਸੂ ਮਸੀਹ ਦੇ ਨਾਮ 'ਚ ਟ੍ਰਬਲ ਇਹਨਾਂ ਦੀ ਲਾਈਫ ਤੋਂ ਚਲੀ ਜਾਵੇ, ਇਮੀਗ੍ਰੇਸ਼ਨ ਪ੍ਰੋਬਲਮਸ ਚਲੀਆਂ ਜਾਣ ਯਿਸੂ ਮਸੀਹ ਦੇ ਨਾਮ 'ਚ। ਖੁਦਾਵੰਦ ਮੈਂ ਪ੍ਰਾਰਥਨਾ ਕਰਦਾ ਜਿੰਨੇ ਬਿਮਾਰ ਨੇ ਯਿਸੂ ਮਸੀਹ ਦੇ ਨਾਮ 'ਚ ਹੀਲ ਹੋਣ, 100% ਦੀ ਬਿਮਾਰੀ ਅਥਾਹ ਕੁੰਡ ਅਤੇ ਨਰਕ ਦੀ ਅੱਗ 'ਚ ਜਾਵੇ, 100% ਹੀਲਿੰਗ ਇਹਨਾਂ ਦੀ ਲਾਈਫ ਦਾ ਹਿੱਸਾ ਹੋਵੇ, ਟ੍ਰਬਲ ਇਹਨਾਂ ਦੀ ਲਾਈਫ ਨੂੰ ਛੱਡ ਕੇ ਚਲੀ ਜਾਵੇ। ਖੁਦਾਵੰਦ ਗਵਾਹੀਆਂ ਇਹਨਾਂ ਦੀ ਲਾਈਫ ਦਾ ਹਿੱਸਾ ਹੋਣ, ਵੱਡੀਆਂ ਗਵਾਹੀਆਂ ਖੁਦਾਵੰਦ ਦੇ ਦੇਣ, ਸਾਰੀਆਂ ਟ੍ਰਬਲ ਖਤਮ ਹੋਣ, ਇਮੀਗ੍ਰੇਸ਼ਨ ਪ੍ਰੋਬਲਮ ਸੋਰਟ ਆਊਟ ਹੋਣ। ਖੁਦਾਵੰਦ ਤੇਰੇ ਲੋਕ ਇੱਕ ਮਨ ਹੋ ਕੇ ਤੇਰੇ ਭਵਨ 'ਚ ਆਣ, ਗਵਾਹੀ ਦੇਣ, ਹੋਰ ਰੂਹਾਂ ਬਚਾਈਆਂ ਜਾ ਸਕਣ। ਖੁਦਾਵੰਦ ਤੇਰੇ ਲੋਕਾਂ ਨੂੰ ਮੈਂ ਤਗੜਾਈ ਦੇ ਮਨ ਦੇ ਨਾਲ ਮੈਂ ਬਲੈਸ ਹੋਣ ਲਈ ਮੰਗ ਲੈਣਾ, ਇੱਕ ਮਨ ਰਹਿਣ ਦਾ ਵਰਦਾਨ ਦੇ, ਯਿਸੂ ਮਸੀਹ ਦੇ ਸਮਰਥੀ ਨਾਮ 'ਚ ਅਸੀਂ ਮੰਗਦੇ ਹਾਂ। ਆਮੇਨ, ਆਮੇਨ, ਹਾਲੇਲੂਇਆ। ਮੇਰਾ ਇਹ ਫੇਥ ਹੈ ਅੱਜ ਤੋਂ ਨਾ ਸਿਰਫ ਤੁਸੀਂ ਪ੍ਰਾਰਥਨਾ ਕਰੋਗੇ ਵਚਨਾਂ ਦੇ ਵਿੱਚੋਂ ਜਦੋਂ ਤੁਸੀਂ ਪ੍ਰੋਬਲਮ 'ਚੋਂ, ਪਰ ਉਸ ਪ੍ਰੋਬਲਮ ਨੂੰ ਖਤਮ ਹੋਣ ਤੋਂ ਬਾਅਦ ਵੀ ਵਚਨ 'ਚ ਬਣੇ ਰਹੋਗੇ, ਧੰਨਵਾਦ ਦੀ ਭੇਂਟ ਚੜਾਓਗੇ ਵਚਨਾਂ ਨੂੰ ਖੋਲ੍ਹ ਕੇ। ਕਿੱਥੇ ਲਿਖਿਆ ਕਿ ਕਿੱਦਾਂ ਦਾ ਧੰਨਵਾਦ ਮੈਂ ਕਰਾਂ? ਯਾਦ ਰੱਖੋ, ਧੰਨਵਾਦ ਇਜ਼ਰਾਈਲੀਆਂ ਨੇ ਵੀ ਕੀਤਾ ਜਦੋਂ ਲਾਲ ਸਮੁੰਦਰ ਪਾਰ ਹੋ ਕੇ ਜਦੋਂ ਉਹ ਬੈਠ ਗਏ, ਪਰ ਧੰਨਵਾਦ ਇਹ ਵੀ ਹੋ ਸਕਦਾ ਸੀ ਕਿ ਲਾਲ ਸਮੁੰਦਰ ਦੇ ਵਿੱਚ ਜਾਣ ਤੋਂ ਪਹਿਲਾਂ ਉਹ ਬਿਨਾਂ ਕੁੜਕੜਾਏ ਪਰਮੇਸ਼ੁਰ ਦਾ ਧੰਨਵਾਦ ਕਰਦੇ। ਮੇਰੇ ਪਿਆਰੇ, ਉਹ ਪਰਮੇਸ਼ੁਰ ਦੇਖਦਾ ਹੈ ਕਿ ਅਸੀਂ ਕਿੱਦਾਂ ਰਿਐਕਟ ਕਰਦੇ ਹਾਂ। ਬਾਈਬਲ ਕਹਿੰਦੀ ਪਰਮੇਸ਼ੁਰ ਦੀਆਂ ਅੱਖਾਂ ਸਾਡੇ ਉੱਤੇ ਲੱਗੀਆਂ ਰਹਿੰਦੀਆਂ। ਅਸੀਂ ਚਾਹੁੰਦੇ ਹਾਂ ਸਾਡੇ ਉੱਤੇ ਪਰਮੇਸ਼ੁਰ ਦੀਆਂ ਅੱਖਾਂ ਉਦੋਂ ਹੀ ਲੱਗਣ ਜਦੋਂ ਅਸੀਂ ਪ੍ਰੋਬਲਮ 'ਚ ਹਾਂ। ਪਰਮੇਸ਼ੁਰ ਤੈਨੂੰ ਦਿਖਦਾ ਨਹੀਂ, ਪਰਮੇਸ਼ੁਰ ਤੈਨੂੰ ਸੁਣਦਾ ਨਹੀਂ, ਉਦੋਂ ਕੀ ਜਦੋਂ ਤੁਹਾਡੇ 'ਤੇ ਕੋਈ ਪ੍ਰੋਬਲਮ ਨਹੀਂ? ਫਿਰ ਕੀ ਤੁਹਾਨੂੰ ਦਿਖਦਾ ਨਹੀਂ? ਫਿਰ ਕੀ ਤੁਹਾਨੂੰ ਸੁਣਦਾ ਨਹੀਂ? ਪਵਿੱਤਰ ਆਤਮਾ ਤੁਹਾਨੂੰ ਕਹਿੰਦਾ ਪ੍ਰਾਰਥਨਾ ਕਰ, ਫਾਸਟਿੰਗ ਕਰ, ਭਵਨ 'ਚ ਜਾ, ਪਰਮੇਸ਼ੁਰ ਦੇ ਕੰਮਾਂ ਨੂੰ ਕਰ, ਪਰ ਉਦੋਂ ਸਾਨੂੰ ਕੁਛ ਨਹੀਂ ਦਿਖਦਾ, ਕੁਛ ਨਹੀਂ ਸੁਣਦਾ। ਕਿਉਂ? ਕਿਉਂਕਿ ਸਾਨੂੰ ਲੱਗਦਾ ਸਭ ਕੁਛ ਸਹੀ ਹੈ। ਪਰਮੇਸ਼ੁਰ ਸਿਰਫ ਮੁਸੀਬਤ ਦੇ ਟਾਈਮ 'ਤੇ ਸਾਡੇ ਕੰਮ ਆਉਣ ਲਈ ਨਹੀਂ ਹੈ, ਉਹ ਸਾਡਾ ਨੌਕਰ ਨਹੀਂ ਹੈ। ਅਸੀਂ ਇੱਕ ਰਿਲੇਸ਼ਨ ਬਣਾਈਏ ਉਹਦੇ ਨਾਲ। ਬਾਈਬਲ ਕਹਿੰਦੀ ਸੰਕਟ ਦੇ ਦਿਨ ਮੈਨੂੰ ਪੁਕਾਰ, ਮੈਂ ਤੇਰੀ ਸਹਾਇਤਾ ਕਰਾਂਗਾ। ਹਾਲੇਲੂਇਆ। ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਤੁਸੀਂ ਇਹਨਾਂ ਵਚਨਾਂ ਨੂੰ ਫੇਰ ਤਾਂ ਸੁਣਨਾ ਚਾਹੁੰਦੇ ਹੋ, ਸਾਡੇ ਯੂਟਿਊਬ ਚੈਨਲ ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ BC 'ਤੇ ਜਾ ਕੇ ਡੇਟ ਵਾਈਜ਼ ਸਰਚ ਕਰਕੇ ਇਹਨਾਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਇਸ ਤੋਂ ਇਲਾਵਾ ਹਰ ਰੋਜ਼ TV, ਰੇਡੀਓ, ਟਿਕਟੌਕ, ਪੋਡਕਾਸਟ, ਰੰਬਲ, ਜਿੰਨੇ ਸੋਸ਼ਲ ਮੀਡੀਆ ਦੇ ਚੈਨਲ ਨੇ, ਸਭ ਦੇ ਥਰੂ ਐਵਰੀਡੇ ਤੁਸੀਂ ਪਰਮੇਸ਼ੁਰ ਦੇ ਕਲਾਮ ਨੂੰ ਸੁਣ ਸਕਦੇ ਹੋ। ਹੁਣ 8 ਭਾਸ਼ਾਵਾਂ 'ਚ ਪਰਮੇਸ਼ੁਰ ਦਾ ਵਚਨ ਪ੍ਰਚਾਰ ਕੀਤਾ ਜਾਂਦਾ ਏਸ਼ੀਅਨ ਚਰਚ ਆਫ ਕ੍ਰਾਈਸਟ ਦੇ ਮਾਧਿਅਮ ਨਾਲ। ਤੁਸੀਂ ਵਲੰਟੀਅਰ ਕੰਮ ਕਰਨ ਵਾਸਤੇ ਵੀ ਸਾਨੂੰ ਜੁਆਇਨ ਕਰ ਸਕਦੇ ਹੋ। ਸੰਡੇ ਨੂੰ ਭਵਨ ਦੇ ਵਿੱਚ ਆ ਸਕਦੇ ਹੋ, ਦੁਪਹਿਰੇ 1 ਵਜੇ ਹਰ ਇਤਵਾਰ ਅਸੀਂ ਪਰਮੇਸ਼ੁਰ ਦੇ ਭਵਨ 'ਚ ਮਿਲਦੇ ਹਾਂ। ਇਸ ਤੋਂ ਇਲਾਵਾ ਜੇ ਫਾਈਨੈਂਸ਼ਲੀ ਵੀ ਤੁਸੀਂ ਚਰਚ ਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਫਾਈਨੈਂਸ਼ਲੀ ਵੀ ਸਪੋਰਟ ਕਰ ਸਕਦੇ ਹੋ। ਸਾਡਾ ਅਤੇ ਤੁਹਾਡਾ ਪੈਸਾ ਜਦੋਂ ਮਿਲ ਕੇ ਪਰਮੇਸ਼ੁਰ ਦੇ ਕੰਮ 'ਚ ਲੱਗੇਗਾ, ਤੁਸੀਂ ਚੀਜ਼ਾਂ ਨੂੰ ਚੇਂਜ ਹੁੰਦੇ ਦੇਖੋਗੇ। ਅਦਰਵਾਈਜ਼ ਤੁਸੀਂ ਸਿਰਫ ਵਿਸ਼ ਕਰਦੇ ਰਹੋਗੇ, ਵਿਸ਼ ਕਰਨ ਨਾਲ ਕੁਝ ਨਹੀਂ ਹੋਏਗਾ। ਜਦੋਂ ਵਿਸ਼ ਕਰਨਾ ਕੁਝ ਨਹੀਂ ਹੋਏਗਾ, ਫਿਰ ਨਿਰਾਸ਼ਾ ਆਏਗੀ ਕਿ ਪਰਮੇਸ਼ੁਰ ਇੱਦਾਂ ਕਿਉਂ ਹੋ ਗਿਆ। ਉਹ ਕੁਝ ਨਹੀਂ ਕਰੇਗਾ ਜੇ ਅਸੀਂ ਕੁਝ ਨਹੀਂ ਕਰਾਂਗੇ। ਉਹਨੇ ਕਿਹਾ ਮੈਂ ਸਭ ਕੁਝ ਨੂੰ ਪੂਰਾ ਕਰਕੇ ਕਲੀਸੀਆ ਦੇ ਹੱਥ ਦੇ ਵਿੱਚ ਦੇ ਦਿੱਤਾ, ਹੁਣ ਜੋ ਕੁਝ ਕਲੀਸੀਆ ਕਰੇਗੀ ਉਹੀ ਮੈਂ ਕਰਾਂਗਾ।
ਹਾਲੇਲੂਯਾ। ਬਾਈਬਲ ਕਹਿੰਦੀ ਤੂੰ ਪਾਣੀ 'ਚ ਹੋ ਕੇ ਚੱਲੇਗਾ, ਪਾਣੀ ਤੈਨੂੰ ਡੁਬੋ ਨਾ ਸਕੇਗਾ, ਤੂੰ ਅੱਗ ਵਿੱਚ ਹੋ ਕੇ ਚੱਲੇਗਾ, ਅੱਗ ਤੈਨੂੰ ਜਲਾ ਨਹੀਂ ਸਕੇਗੀ। ਇਹਦਾ ਮਤਲਬ ਪਾਣੀ ਅਤੇ ਅੱਗ 'ਚੋਂ ਹੋ ਕੇ ਜਾਣਾ ਪਏਗਾ, ਪਰ ਉਹ ਸਾਡਾ ਨੁਕਸਾਨ ਨਹੀਂ ਕਰੇਗੀ। ਤੇਰੇ ਪਾਸੇ 1,000, ਸੱਜੇ ਹੱਥ 10,000 ਗਿਰਨਗੇ, ਉਹ ਤੇਰੇ ਕੋਲ ਨਹੀਂ ਆਏਗਾ। ਇਹ ਪਰਮੇਸ਼ੁਰ ਦੇ ਵਚਨਾਂ ਦੇ ਪ੍ਰੋਮਿਸਿਸ ਨੇ, ਪਰ ਹੁਣ ਇਹ ਪ੍ਰੋਮਿਸਿਸ ਪੂਰੇ ਕਿੱਦਾਂ ਹੋਣਗੇ? ਜਦੋਂ ਅਸੀਂ ਪਰਮੇਸ਼ੁਰ ਦੇ ਵਚਨਾਂ ਨੂੰ ਲੈ ਕੇ ਜਾਵਾਂਗੇ, ਚਾਹੇ ਪ੍ਰਾਰਥਨਾ ਦੀ ਸ਼ੁਰੂਆਤ ਦੇ ਵਿੱਚ ਅਤੇ ਚਾਹੇ ਧੰਨਵਾਦ ਦੇ ਵਿੱਚ। ਹਾਲੇਲੂਯਾ। ਸੋ ਤੁਸੀਂ ਸਾਰੇ ਬਲੈਸਡ ਹੋ, ਅਸੀਂ ਫਿਰ ਮਿਲਾਂਗੇ ਪਰਮੇਸ਼ੁਰ ਦੀ ਹਜ਼ੂਰੀ 'ਚ। ਗੋਡ ਬਲੈਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੇਸ਼ੂ ਕੋਲ ਆਵੀਂ ਤੇ ਚੰਗਾ ਏ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ।